ਦੂਜੇ ਪਾਸੇ ਰੋਜ਼ ਅਸੀਂ ਪਾਠ ਕਰੀਏ ਸਿਮਰਤੀ ਸ਼ਾਸਤਰ ਬੇਸਬੈ ਉਹ ਭੇਦ ਕਹਿ ਮੇਕ ਨਾ ਜਾਣੇ ਰਾਮ ਰਹੀਮ ਪੁਰਾਣ ਪੁਰਾਣ ਨੇ ਕਹਿ ਮੱਥੇ ਕਿ ਰੋਜ਼ ਪਾਠ ਕਰੀਏ। ਇਹ ਵੀ ਸਾਡੇ ਨਾਲ ਵਾਲਾ ਭਰਾ ਜਿਹੜਾ ਸਾਨੂੰ ਆਪਣੇ ਸੱਕੇ ਭਰਾ ਕਹਿੰਦੇ ਨਾ ਗਲਵਕੜੀ 'ਚ ਲੈ ਕੇ, ਉਹਨੂੰ ਇਹ ਰੋਜ਼ ਰੋਜ਼ ਚੁੱਭਦਾ ਕਿ ਇਹ ਰੋਜ਼ ਹੀ ਪੜ੍ਹਦਾ। ਮੈਂ ਵੇਦ ਪ੍ਰਸਤ ਹਾਂ, ਇਹ ਕਹਿੰਦਾ ਮੈਂ ਵੇਦਾਂ ਨੂੰ ਮੰਨਦਾ ਹੀ ਨਹੀਂ। ਤੋ ਇਹ ਬਾਹਰੀ ਚੈਲੇਂਜਿਸ ਜਿਹੜੇ ਨੇ ਉਹ ਫਿਰ ਅੰਦਰ ਘੁਸਪੈਠ ਸਾਡੇ ਬੰਦਿਆਂ ਦਾ ਹੀ ਕਰਦੇ ਨੇ। ਇਹ ਧਿਆਨ ਰੱਖਣਾ, ਜਦੋਂ ਤੱਕ ਅੰਦਰ ਘੁਸਪੈਠ ਕਿਸੇ ਨਹੀਂ ਹੋਏਗੀ, ਪੰਥ ਦਾ ਬਾਹਰੋਂ ਹਮਲੇ ਨਾਲ ਕੁਝ ਨਹੀਂ ਵਿਗੜਦਾ। ਬਥੇਰੇ ਹਮਲੇ ਕਰ ਲਏ ਲੋਕਾਂ ਨੇ, ਅਹਿਮਦ ਸ਼ਾਹ ਅਬਦਾਲੀ ਆ ਗਿਆ, ਨਾਦਰ ਸ਼ਾਹ ਆ ਗਿਆ, ਤੱਤੀਆਂ ਤਵੀਆਂ 'ਤੇ ਬਿਠਾ ਲਿਆ, ਬੰਦਬੰਦ ਕਰ ਦਿੱਤੇ, ਖੋਪਰੀ ਲਾ ਦਿੱਤੀ, ਪਾਣੀ ਵਿੱਚ ਡੇਗਾਂ 'ਚ ਉਬਾਲ ਦਿੱਤੇ। ਕੋਈ ਵਿਗਾੜ ਸਕਿਆ? ਕੁਛ ਕੁਛ ਨਹੀਂ ਵਿਗਾੜ ਸਕਿਆ। ਜਦੋਂ ਤੱਕ ਅੰਦਰ ਘੁਸਪੈਠ ਕਰਕੇ ਅੰਦਰੋਂ ਮਾਰ ਨਾ ਮਾਰੀ ਜਾਵੇ, ਤਦੋਂ ਤੱਕ ਸਿੱਖ ਪੰਥ ਨੂੰ ਕੋਈ ਨਹੀਂ ਮਾਰ ਸਕਦਾ। ਇਹ ਇੱਕ ਨਿਸ਼ਚਿਤ ਗੱਲ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਦਾ ਤੇਜ ਹੈ ਇਸ ਪੰਥ ਦੇ ਵਿੱਚ। ਉਹ ਜਦੋਂ ਕਿਸੇ ਦਾ ਹੱਥ ਕੰਡਾ ਬਣ ਕੇ ਆਪਣੀ ਆਪਣਾ ਨਿਰਾਲਾਪਣ, ਆਪਣੀ ਆਈਡੀਆਲੋਜੀ ਛੱਡ ਕੇ ਦੂਜਿਆਂ ਦੇ ਹੱਥਾਂ ਦਾ ਖਿਡੌਣਾ ਬਣ ਜਾਂਦਾ, ਫਿਰ ਉਸ ਵੇਲੇ ਉਹਦੇ 'ਚੋਂ ਤੇਜ ਤਪ ਗੁਰੂ ਮਹਾਰਾਜ ਜੀ ਦਾ ਨਹੀਂ ਰਹਿ ਜਾਂਦਾ। ਇਸੇ ਕਰਕੇ ਮਹਾਰਾਜ ਨੇ ਕਿਹਾ, ਜਬ ਲਾ ਖਾਲਸਾ ਰਹਿ ਨਿਆਰਾ ਤਬ ਲਾ ਤੇਜ ਜੀਓ ਮੈਂ ਸਾਰਾ। ਜਬ ਇਹ ਗਿਆ ਵਿਪਰਨ ਕੀ ਰੀਤ, ਹੁਣ ਜਿਹੜਾ ਬੰਦਾ ਵਿਪਰਨ ਦੀ ਚਾਲ 'ਤੇ ਚੱਲਦਾ ਹੈ ਪੰਥ ਨੂੰ ਕਮਜ਼ੋਰ ਕਰਨ ਵਾਸਤੇ, ਉਹ ਵਿਪਰਨ ਕੀ ਰੀਤ ਦਾ ਪਾਲਣ ਕਰ ਰਿਹਾ ਹੈ, ਅਨੁਸਰਨ ਕਰ ਰਿਹਾ ਉਸ ਦਾ।